ਇਲੈਕਟ੍ਰਿਕ ਕਰੰਟ ਲੱਗਿਆ ਸੀ ਮੇਰੇ ਘਰ ਦੀ ਨਵੀਂ ਕੰਸਟਰਕਸ਼ਨ ਚੱਲ ਰਹੀ ਸੀ ਨਵਾਂ ਘਰ ਬਣ ਰਿਹਾ ਸੀ ਉਹ ਟ੍ਰਾਂਸਫਾਰਮ ਦੀਆਂ ਜਿਹੜੀਆਂ ਤਾਰਾਂ ਹੁੰਦੀਆਂ 11000 ਵੋਲਟ ਦੀਆਂ ਉਹ ਬਿਲਕੁਲ ਗ੍ਰਿਲ ਦੇ ਵਿੱਚ ਉਹਦਾ ਕਰੰਟ ਆ ਗਿਆ ਹੋਇਆ ਸੀ ਉਹਦੇ ਕਰਕੇ ਮੈਨੂੰ ਉਸ ਗ੍ਰਿਲ ਕਰਕੇ ਮੈਨੂੰ ਕਰੰਟ ਲੱਗ ਗਿਆ ਮੇਰੀ ਬੈਕ ਵੀ ਬਰਨ ਹੋ ਗਈ ਐਂਡ ਮੇਰੇ ਹੱਥ ਵੀ ਡਾਕਟਰਸ ਨੂੰ ਕੱਟਣੇ ਪਏ ਹਾਂਜੀ ਆਪਣਾ ਨਾਮ ਮੇਰਾ ਨਾਮ ਇਸ਼ਨੂਰਪ੍ਰੀਤ ਕੌਰ ਹੈ ਏਜ਼ ਕਿੰਨੀ ਮੇਰੀ 19 ਬੇਟਾ ਕੀ ਕਰ ਰਹੇ ਹੋ ਮੈਂ ਰੀਸੈਂਟਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਫ੍ਰੈਂਚ ਦਾ ਡਿਪਲੋਮਾ ਕਰ ਰਹੀ ਹਾਂ ਅਤੇ ਇੱਕ ਕੰਪਿਊਟਰ ਕੋਰਸ ਕਰ ਰਹੀ ਹਾਂ ਇੰਸਟੀਟਿਊਟ ਦੇ ਵਿੱਚ ਬੇਟਾ ਜਲਦੀ ਨੂੰ ਤੁਹਾਡੇ ਨਾਲ ਸਲਾਮ ਕਰਦੇ ਹਾਂ ਕਿ ਹੈਂਡ ਹੋਣ ਦੇ ਬਾਵਜੂਦ ਵੀ ਇੰਨਾ ਤੁਹਾਡੇ ਜਦੋਂ ਹੈ ਕਿ ਹਾਦਸਾ ਕੀ ਵਾਪਰਿਆ ਮੈਨੂੰ ਇਲੈਕਟ੍ਰਿਕ ਕਰੰਟ ਲੱਗਿਆ ਸੀ ਮੇਰੇ ਘਰ ਦੀ ਨਵੀਂ ਕੰਸਟਰਕਸ਼ਨ ਚੱਲ ਰਹੀ ਸੀ ਨਵਾਂ ਘਰ ਬਣ ਰਿਹਾ ਸੀ ਉਹ ਟ੍ਰਾਂਸਫਾਰਮ ਦੀਆਂ ਜਿਹੜੀਆਂ ਤਾਰਾਂ ਹੁੰਦੀਆਂ 11000 ਵੋਲਟ ਦੀਆਂ ਉਹ ਬਿਲਕੁਲ ਗ੍ਰਿਲ ਦੇ ਵਿੱਚ ਉਹਦਾ ਕਰੰਟ ਆ ਗਿਆ ਹੋਇਆ ਸੀ ਉਹਦੇ ਕਰਕੇ ਮੈਨੂੰ ਉਸ ਗ੍ਰਿਲ ਕਰਕੇ ਮੈਨੂੰ ਕਰੰਟ ਲੱਗ ਗਿਆ ਮੇਰੀ ਬੈਕ ਵੀ ਬਰਨ ਹੋ ਗਈ ਐਂਡ ਮੇਰੇ ਹੱਥ ਵੀ ਡਾਕਟਰਸ ਨੂੰ ਕੱਟਣੇ ਪਏ ਅਤੇ ਮੁਸ਼ਕਿਲ ਕਦੀ ਆਉਂਦੀ ਹੈ ਨਹੀਂ ਮੈਨੂੰ ਇੱਦਾਂ ਦੀ ਕੋਈ ਮੁਸ਼ਕਿਲ ਨਹੀਂ ਆਉਂਦੀ ਕਿਉਂਕਿ ਮੈਂ ਸਾਰਾ ਕੁਝ ਪੋਜ਼ਿਟਿਵ ਰਹਿ ਕੇ ਕੰਮ ਕਰਦੀ ਹਾਂ ਮੈਂ ਨੈਗੇਟਿਵ ਨਹੀਂ ਹੁੰਦੀ ਮੈਂ ਕੋਸ਼ਿਸ਼ ਕਰਦੀ ਹਾਂ ਮੈਂ ਨੈਗੇਟਿਵ ਨਾ ਹੋਵਾਂ ਅਤੇ ਨਾ ਮੈਂ ਹੁੰਦੀ ਹਾਂ ਬਾਕੀ ਜੇ ਮੈਂ ਕਿਤੇ ਹੋਵਾਂ ਵੀ ਤਾਂ ਮੇਰੀ ਸਪੋਰਟ ਕਰਨ ਲਈ ਮੇਰੇ ਘਰਦੇ ਹੈਗੇ ਆ ਅਤੇ ਫਿਰ ਮੈਂ ਕਦੀ ਵੀ ਨੈਗੇਟਿਵ ਨਹੀਂ ਮੈਂ ਯੂਨੀਵਰਸਿਟੀ ਦੇ ਵਿੱਚ ਫ੍ਰੈਂਚ ਦਾ ਡਿਪਲੋਮਾ ਕਰ ਰਹੀ ਹਾਂ ਅਤੇ ਕੰਪਿਊਟਰ ਕੋਰਸ ਕਰ ਰਹੀ ਹਾਂ ਇੰਸਟੀਟਿਊਟ ਦੇ ਵਿੱਚ ਮੈਂ ਬਾਹਰ ਜਾ ਕੇ ਹਾਇਰ ਸਟੱਡੀਜ਼ ਕਰਨਾ ਚਾਹੁੰਦੀ ਹਾਂ ਅਤੇ ਇੱਕ ਇੰਡੀਪੈਂਡੈਂਟ ਪਰਸਨ ਬਣਨਾ ਚਾਹੁੰਦੀ ਹਾਂ ਅਤੇ ਇੱਕ ਬਿਜ਼ਨਸ ਆਪਣਾ ਕਰਨਾ ਚਾਹੁੰਦੀ ਹਾਂ ਮੇਰਾ ਨਾਮ ਰੀਨਾ ਬਜਾਜ ਆ ਮੈਂ ਤਰਨ ਤਾਰਨ ਸ਼ਹਿਰ ਨੂੰ ਬਿਲੋਂਗ ਕਰਦੀ ਹਾਂ ਮੇਰੀ ਬੇਟੀ ਹੈ ਇਸ਼ਨੂਰਪ੍ਰੀਤ ਕੌਰ ਮੇਰੀ ਬੇਟੀ ਆ ਟ੍ਰਾਂਸਫਾਰਮ ਦੀਆਂ ਤਾਰਾਂ ਲੱਗ ਗਈਆਂ ਸੀ ਘਰ ਬਣ ਰਿਹਾ ਸੀ ਅਤੇ ਉਹਦੇ ਵਿੱਚ ਟ੍ਰਾਂਸਫਾਰਮ ਦੀਆਂ ਤਾਰਾਂ 11000 ਵੋਲਟ ਕਰੰਟ ਲੱਗ ਗਿਆ ਸੀ ਉਦੋਂ 10 ਸਾਲ ਦੀ ਉਮਰ ਸੀ ਇਹਦੀ ਮੈਮ ਕਦੀ ਬੱਚੀ ਨੂੰ ਮੁਸ਼ਕਿਲ ਆਈ ਕਦੀ ਹਾਂਜੀ ਮੁਸ਼ਕਿਲ ਤਾਂ ਨਹੀਂ ਆਉਂਦੀ ਦੇਖੋ ਹਿੰਮਤ ਕਰਦੇ ਰਹੋ ਅਤੇ ਫਿਰ ਕਦੀ ਮੁਸ਼ਕਿਲ ਨਹੀਂ ਆਉਂਦੀ ਬਾਕੀ ਤੁਹਾਨੂੰ ਪਤਾ ਵਾ ਜ਼ਿੰਦਗੀ ਤਾਂ ਨੋਰਮਲ ਇਨਸਾਨ ਦੀ ਵੀ ਮੁਸ਼ਕਿਲਾਂ ਨਾਲ ਭਰੀ ਆ ਅਤੇ ਇਹਨੂੰ ਤੁਸੀਂ ਅਬਨੋਰਮਲ ਕਹੋਗੇ ਬਟ ਮੈਂ ਅਬਨੋਰਮਲ ਨਹੀਂ ਕਹਿੰਦੀ ਲੋਕਾਂ ਲਈ ਸ਼ਾਇਦ ਅਬਨੋਰਮਲ ਹੋਵੇ ਬਟ ਮੇਰੇ ਲਈ ਅਬਨੋਰਮਲ ਨਹੀਂ ਹੈ ਇਹ ਮੇਰੇ ਲਈ ਤਾਂ ਨੋਰਮਲ ਵਾਲਿਆਂ ਤੋਂ ਵੀ ਉੱਪਰ ਆ ਕਿਉਂਕਿ ਨੋਰਮਲ ਵੀ ਉਹ ਕੰਮ ਨਹੀਂ ਕਰ ਪਾ ਰਹੇ ਜਿਹੜੀ ਕਿ ਅਬਨੋਰਮਲ ਕਰ ਪਾ ਰਹੀ ਜੀ ਇਹਦਾ ਦਿਨ ਸਵੇਰੇ ਉੱਠਦੀ ਹੈ ਆਪਣਾ ਰੂਮ ਸਾਰੀ ਡਸਟਿੰਗ ਵਗੈਰਾ ਕਰਦੀ ਬੈੱਡਸ਼ੀਟ ਵਗੈਰਾ ਝਾੜਦੀ ਆ ਖੁਦ ਸ਼ਾਵਰ ਲੈਂਦੀ ਆ ਕੱਪੜੇ ਖੁਦ ਵੇਅਰ ਕਰਦੀ ਆ ਕੱਪੜੇ ਪ੍ਰੈਸ ਕਰ ਲੈਂਦੀ ਆ ਖਾਣਾ ਬਣਾ ਲੈਂਦੀ ਆ ਸਾਰਾ ਕਰ ਲੈਂਦੀ ਫਿਰ ਕਾਲਜ ਚਲੇ ਜਾਂਦੀ ਆ ਪਰ ਮੈਨੂੰ ਕੀ ਲੱਗਦਾ ਕਿ ਜਦੋਂ ਕੋਈ ਬੱਚੇ ਦਾ ਇਦਾਂ ਹੁੰਦਾ ਕੋਈ ਬੱਚੇ ਫਿਰ ਜ਼ਿੰਦਗੀ ਹਾਰ ਮੰਨ ਜਾਂਦੇ ਨੇ ਹਾਂਜੀ ਕਦੀ ਨਹੀਂ ਹਾਰ ਮੰਨੀ ਆਪਣੀ ਜ਼ਿੰਦਗੀ ਨਹੀਂ ਜ਼ਿੰਦਗੀ ਦੇ ਵਿੱਚ ਦੇਖੋ ਜੀ ਸ਼ੁਰੂਆਤ ਦੇ ਵਿੱਚ ਜਦੋਂ ਛੋਟੀ ਏਜ ਸੀ ਉਦੋਂ ਲੱਗਦਾ ਸੀ ਕਿ ਕਿਤੇ ਹਾਰ ਨਾ ਮੰਨ ਜੇ ਬਟ ਇਹਨੇ ਉਦੋਂ ਇੰਨੀ ਕੁ ਜ਼ਿਆਦਾ ਹਿੰਮਤ ਦਿਖਾਈ ਕਿ ਜਿਹਦੇ ਨਾਲ ਸਾਨੂੰ ਵੀ ਲੱਗਦਾ ਕਿ ਇਹ ਪੋਜ਼ਿਟਿਵ 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 ਸੋ ਅਸੀਂ ਇਹਨੂੰ ਕਦੀ ਨੈਗੇਟਿਵ ਹੋਣ ਹੀ ਨਹੀਂ ਦਿੱਤਾ ਬਾਕੀ ਇਹ ਹੈ ਕਿ ਲਾਈਫ ਦੇ ਵਿੱਚ ਆਲੇ ਦੁਆਲੇ ਤਾਂ ਨੈਗੇਟਿਵ ਪੋਜ਼ਿਟਿਵ ਦੋਵੇਂ ਚੀਜ਼ਾਂ ਹੁੰਦੀਆਂ ਵਾ ਠੀਕ ਆ ਆਪਣੇ ਤੇ ਡਿਪੈਂਡ ਆ ਕਿ ਕਿੰਨਾ ਅਬਜ਼ਰਵ ਕਰਨਾ ਪੋਜ਼ਿਟਿਵ ਨੂੰ ਤੇ ਕਿੰਨਾ ਅਬਜ਼ਰਵ ਕਰਨਾ ਨੈਗੇਟਿਵ ਨੂੰ ਹਨਾ ਕਲਾਸ 'ਚ ਉਹੀ ਟੀਚਰ ਪੜਾਉਂਦੀ ਆ ਤੇ ਉਹੀ ਫਸਟ ਸੈਕਿੰਡ ਥਰਡ ਤੇ ਫੇਲ ਬੱਚਾ ਵੀ ਉਸੇ ਕਲਾਸ 'ਚੋਂ ਹੀ ਆਉਂਦਾ ਜੀ ਠੀਕ ਆ ਤੋ ਇਹ ਚੀਜ਼ ਨੂੰ ਆਪਾਂ ਲੈ ਕੇ ਚੱਲਾਂਗੇ ਕਿ ਹੁਣ ਇਹਨੇ ਫੇਲ ਵਾਲੀ ਸਾਈਡ 'ਚ ਜਾਣਾ ਕਿ ਟੌਪ ਵਾਲੀ ਸਾਈਡ 'ਚ ਜਾਣਾ ਲਾਈਫ ਹੋਵੇ ਭਾਵੇਂ ਤੇ ਭਾਵੇਂ ਸਟਰਗਲ ਹੋਵੇ ਤੇ ਭਾਵੇਂ ਇਹਦੀ ਆਪਣੀ ਆਇਡੈਂਟੀ ਹੋਵੇ ਸੁਪਨਾ ਕੀ ਹੈਗਾ ਬੱਚੀ ਬੱਚੀ ਦਾ ਸੁਪਨਾ ਜੀ ਇਹ ਮੇਨ ਤਾਂ ਇਹਦਾ ਸੁਪਨਾ ਵਾ ਕਿ ਬਾਹਰ ਜਾ ਕੇ ਸੈਟਲ ਹੋਵੇ ਪੇਰੈਂਟਸ ਨੂੰ ਸੈਟਲ ਕਰੇ ਵਧੀਆ ਤਰੀਕੇ ਨਾਲ ਸੈਟਲ ਅਸੀਂ ਇੱਥੇ ਹਾਂ ਬਟ ਉਹ ਇੱਥੋਂ ਦਾ ਐਟਮੋਸਫੇਅਰ ਤੋਂ ਇੰਨੀ ਫੈਟਅਪ ਹੋ ਚੁੱਕੀ ਆ ਮਤਲਬ ਸਿਚੁਏਸ਼ਨਸ ਨੂੰ ਵੇਖ ਵੇਖ ਕੇ ਕਿ ਹਰ ਜਗ੍ਹਾ 'ਤੇ ਕੋਈ ਹਰ ਪਰਸਨ ਨੈਗੇਟਿਵ 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 ਦੇਖ ਰਿਹਾ ਵਾ ਅਤੇ ਉਹ ਪੋਜ਼ਿਟਿਵ ਪੋਜ਼ਿਟਿਵ ਕਰਦੀ ਥੱਕਦੀ ਮਤਲਬ ਥੱਕਦੀ ਨਹੀਂ ਬਟ ਫਿਰ ਵੀ ਇੱਕ ਟਾਈਮ ਆਊਗਾ ਕਦੀ ਨਾ ਕਦੀ ਥੱਕ ਜੂਗੀ ਫਿਰ ਉਸ ਤੋਂ ਬਾਅਦ ਅਸੀਂ ਕੀ ਕਰ ਪਾਵਾਂਗੇ ਸੋ ਇਸ ਲਈ ਵੀ ਚਾਹੁੰਦੇ ਹਾਂ ਕਿ ਇੱਥੋਂ ਟਾਈਮ ਨਾ ਨਿਕਲ ਜੇ ਜਿਹਦੇ ਨਾਲ ਇਹਦਾ ਸੁਪਨਾ ਜੋ ਵੀ ਆ ਕਿ ਹਾਇਰ ਸਟੱਡੀ ਕਰਕੇ ਜਾਂ ਤਾਂ ਮੈਂ ਪਾਪਾ ਨਾਲ ਬਿਜ਼ਨਸ ਕਰਾਂ ਪਾਪਾ ਦਾ ਬਿਜ਼ਨਸ ਇੰਨਾ ਐਕਸਪਲੋਰ ਕਰਾਂ ਕਿ ਮੈਂ ਫੋਰਨ ਦੇ ਵਿੱਚ ਪਾਪਾ ਦਾ ਨਾਮ ਇੱਕ ਰੋਸ਼ਨ ਕਰਵਾਵਾਂ ਕਿ ਹਾਂ ਮੇਰੇ ਫਾਦਰ ਸਾਹਿਬ ਇੱਕ ਦੁਕਾਨਦਾਰ ਨੇ ਇਹਦੇ ਪਾਪਾ ਇੱਕ ਦੁਕਾਨਦਾਰ ਨੇ ਬਟ ਬਹੁਤ ਅੱਛੀ ਦੁਕਾਨ ਆ ਵੀ ਇੱਦਾਂ ਦਾ ਕੁਝ ਨਹੀਂ ਆ ਬਟ ਇਹ ਆ ਕਿ ਉਹ ਚੀਜ਼ ਨੂੰ ਮਤਲਬ ਖਿਲਾਰ 'ਚ ਪਾਉਣਾ ਚਾਹੁੰਦੀ ਇੱਕ ਬ੍ਰਾਂਡ ਬਣਾਉਣਾ ਚਾਹੁੰਦੀ ਆਪਣੇ ਪਿਓ ਨੂੰ ਉਹਨਾਂ ਆਪਣੇ ਪਰਿਵਾਰਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਜਿਹੜੇ ਕਿ ਜਦੋਂ ਬੱਚੇ ਇੱਦਾਂ ਹੋ ਜਾਂਦੇ ਨੇ ਕੋਈ ਆਂਗਨਵਾੜੀ ਜੀ ਮੈਂ ਬਿਲਕੁਲ ਇਹੀ ਕਹੂੰਗੀ ਕਿ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਪਿੱਛੇ ਹਟਦੇ ਦੇਖੋ ਜੀ ਆਪਣੇ ਉਂਗਲ 'ਤੇ ਜ਼ਖਮ ਹੋ ਜਾਂਦਾ ਵਾ ਸੱਟ ਲੱਗ ਜਾਂਦੀ ਅਤੇ ਆਪਾਂ ਉਹਨੂੰ ਉਂਗਲ ਨੂੰ ਕੱਟ ਤਾਂ ਦਿੰਦੇ ਨਹੀਂ ਨਾ ਉਹਨੂੰ ਆਪਾਂ ਦਵਾਈਆਂ ਲਾ ਕੇ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ ਉੱਦਾਂ ਹੀ ਆਪਾਂ ਬੱਚੇ ਨੂੰ ਕੋਈ ਪ੍ਰੋਬਲਮ ਹੋ ਗਈ ਹੈ ਤਾਂ ਐਟਲੀਸਟ ਆਪਾਂ ਘਰ ਦੇ ਵਿੱਚ ਕਰਕੇ ਕੇਅਰ ਕਰ ਸਕਦੇ ਹਾਂ ਕਦੀ ਵੀ ਇਹ ਚੀਜ਼ ਨੂੰ ਥੱਕ ਕੇ ਕਿ ਹਾਂ ਇਹਨੇ ਇਹਦੇ ਕੋਲ ਹੋਣਾ ਹੀ ਨਹੀਂ ਕਰਨਾ ਹੀ ਨਹੀਂ ਕਰ ਹੀ ਨਹੀਂ ਪਾਉਣਾ ਆਹ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ ਇਹਦੇ ਕੋਲ ਆਹ ਨਹੀਂ ਹੈਗਾ ਹੁਣ ਬੱਚਾ ਬੋਲ ਨਹੀਂ ਸਕਦਾ ਇਹਨੂੰ ਅਸੀਂ ਸਮਝਾਵਾਂਗੇ ਕਿਵੇਂ ਬੱਚਾ ਚੱਲ ਨਹੀਂ ਸਕਦਾ ਇਹਨੂੰ ਚੁੱਕ ਕੇ ਰੱਖਣਾ ਪਏਗਾ ਮਤਲਬ ਇਹ ਚੀਜ਼ਾਂ ਤੋਂ ਦੂਰ ਰਹੋ ਤੁਸੀਂ ਇਹ ਸੋਚੋ ਕਿ ਬੱਚਾ ਤੁਰ ਨਹੀਂ ਸਕਦਾ ਕੀ ਪਤਾ ਉਹ ਤੁਹਾਡੀਆਂ ਹੀ ਲੱਤਾਂ ਬਣ ਜਾਏ
जी बहुत वधिया लग रहा सारयां दा बहुत बहुत धन्यवाद कि इनू सन्मानित करके उहदे करके उनू होर मोटीवेट कीता तुसीं कि हाँ मैं लाइफ दे विच जिन्ना करदी पई हाँ उस तों वध एफर्ट्स लाउणे जी बहुत बहुत धन्यवाद।